ਸਸਰੀਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਮੁੱਦਾ ਦੇ ਵਿੱਚ 9 10 ਦਸੰਬਰ ਨੂੰ ਜਮਹੂਰੀਅਤ ਲਈ ਹੋਏ ਸੈਮੀਨਾਰ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸਾਹਿਬ ਨੇ ਕਿਹਾ ਕਿ ਜਮਹੂਰੀਅਤ ਕਿਸੇ ਹਾਦਸੇ ਕਾਰਨ ਵਜੂਦ ਵਿੱਚ ਨਹੀਂ ਹੁੰਦੀ ਇਸ ਦੀ ਰੱਖਿਆ ਕਰਨੀ ਪੈਂਦੀ ਹੈ ਇਸ ਵਾਸਤੇ ਲੜਨਾ ਪੈਂਦਾ ਹੈ ਇਸ ਨੂੰ ਮਜ਼ਬੂਤ ਕਰਨਾ ਅਤੇ ਇਸ ਦੀ ਪੁਨਰ ਸਿਰਜਣਾ ਕਰਨੀ ਪੈਂਦੀ ਹੈ ਉਹਨਾਂ ਨੇ ਇੱਕ ਸੰਵਾਦ ਰਚਿਆ ਆਪਣੀਆਂ ਸਾਰੀਆਂ ਏਜੰਸੀਜ਼ ਨਾਲ ਮਿਲ ਕੇ ਇਸ ਪਲੇਟਫਾਰਮ ਦੇ ਉੱਤੇ ਜੋ ਰਿਸ਼ਵਤਖੋਰੀ ਦੇ ਖਿਲਾਫ ਹੋਵੇ ਜੋ ਜਮਹੂਰੀਅਤ ਦੇ ਹੱਕਾਂ ਦੇ ਲਈ ਹੋਵੇ ਜੋ ਤਾਨਾਸ਼ਾਹੀ ਦੇ ਖਿਲਾਫ ਹੋਵੇ ਵੇਖਿਆ ਜਾਵੇ ਤੇ ਇਹ ਸੇ ਸਭ ਨੂੰ ਮਿਲਾ ਕੇ ਹੀ ਬਣਦੀ ਹੈ ਜਮਹੂਰੀਅਤ ਤੇ ਉਹਨਾਂ ਨੇ ਆਪਣੇ ਲੈਕਚਰ ਦੇ ਵਿੱਚ ਜੌਨ ਲੂਇਸ ਨੂੰ ਯਾਦ ਕੀਤਾ ਮਹਾਤਮਾ ਗਾਂਧੀ ਨੂੰ ਯਾਦ ਕੀਤਾ ਤੇ ਨੈਲਸਨ ਮੰਡੇਲਾ ਨੂੰ ਯਾਦ ਕੀਤਾ ਜੌਨ ਲੂਇਸ ਨੂੰ ਯਾਦ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਮਹੂਰੀਅਤ ਸਿਰਫ ਰਿਆਸਤ ਜਾਂ ਸਟੇਟ ਦਾ ਨਾਮ ਨਹੀਂ ਇਹ ਸਾਡੀ ਕਾਰਗੁਜ਼ਾਰੀ ਹੈ ਬੇਸ਼ੱਕ ਸਾਡੇ ਕੰਮਾਂ ਨਾਲ ਹੀ ਸਾਡੀ ਜਮਹੂਰੀਅਤ ਦੀ ਪਛਾਣ ਬਣਦੀ ਹੈ ਪੂਰੀ ਦੁਨੀਆ ਦੇ ਵਿੱਚ ਅਮਰੀਕਨ ਸੋਸਾਇਟੀ ਨੇ ਜੋ ਆਪਣੀ ਇੱਕ ਐਗਜ਼ਾਮਪਲ ਪੇਸ਼ ਕੀਤੀ ਹੈ ਆਪਣੇ ਕੰਮਾਂ ਰਾਹੀਂ ਉਹ ਵਾਕਈ ਕਾਬਲੇ ਤਾਰੀਫ ਹੈ ਤਾਂ ਜਿਸ ਦੇ ਨਾਲ ਸਾਨੂੰ ਸੰਵਿਧਾਨ ਦੇ ਵਿੱਚ ਜੋ ਸਭ ਕੁਝ ਲਿਖਿਆ ਗਿਆ ਹੈ ਉਸ ਦੇ ਉੱਤੇ ਪੱਕੀ ਤਰ੍ਹਾਂ ਨਾਲ ਪਾਬੰਦ ਰਹਿਣ ਦੀ ਸਿੱਖਿਆ ਮਿਲਦੀ ਹੈ ਔਰ ਲੋਕਾਂ ਦੇ ਪ੍ਰਤੀ ਸਾਡੀ ਵਫਾਦਾਰੀ ਸਾਡੀ ਜਵਾਬਦੇਹੀ ਇਹਨਾਂ ਚੀਜ਼ਾਂ ਨੂੰ ਵੀ ਅਸੀਂ ਖਾਸ ਤੌਰ ਤੇ ਧਿਆਨ ਦੇ ਵਿੱਚ ਰੱਖਦੇ ਹਾਂ ਤੇ ਨਾਲ ਦੀ ਨਾਲ ਅਸੀਂ ਧਿਆਨ ਦੇ ਵਿੱਚ ਰੱਖਦੇ ਹਾਂ ਜੋ ਉਹਨਾਂ ਨੇ ਕਿਹਾ ਸੰਵੇਦਨਸ਼ੀਲਤਾ ਨੂੰ ਤੇ ਨਾਲ ਦੀ ਨਾਲ ਜੋ ਲੋਕਾਂ ਦੀ ਹਿੱਸੇਦਾਰੀ ਹੈ ਸੰਵੇਦਨਸ਼ੀਲਤਾ ਯਾਨੀ ਕਿ ਅਸੀਂ ਕਿੰਨੇ ਸੈਂਸਿਟਿਵ ਹਾਂ ਦੂਜਿਆਂ ਦੇ ਦੁੱਖ ਸੁੱਖ ਦੇ ਲਈ ਦੂਜਿਆਂ ਦੇ ਵਾਸਤੇ ਕਿੰਨਾ ਕੁ ਫੀਲ ਕਰਦੇ ਹਾਂ ਤੇ ਲੋਕਾਂ ਦੀ ਹਿੱਸੇਦਾਰੀ ਦਾ ਮਤਲਬ ਹੈ ਕਿ ਜਮਹੂਰੀਅਤ ਨੂੰ ਸਿਰਫ ਔਰ ਸਿਰਫ ਸਰਕਾਰਾਂ ਦੇ ਸਿਰ ਦੇ ਉੱਤੇ ਨਹੀਂ ਛੱਡਿਆ ਜਾ ਸਕਦਾ ਲੋਕਾਂ ਦੀ ਕਾਰਗੁਜ਼ਾਰੀ ਨਾਲ ਸ਼ਾਮਿਲ ਹੋਏਗੀ ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਤਾਂ ਲੋਕਾਂ ਦੇ ਸਾਥ ਤੋਂ ਬਿਨਾਂ ਲੋਕਤੰਤਰ ਕਦੇ ਵੀ ਪੂਰਾ ਨਹੀਂ ਹੋ ਸਕਦਾ ਕਈ ਮਾਹਿਰ ਕਹਿੰਦੇ ਨੇ ਕਿ ਲੋਕਤੰਤਰ ਯਾਨੀ ਡੈਮੋਕ੍ਰੇਸੀ ਇਜ਼ ਐਨ ਇਸ਼ੂ ਬੇਸਡ ਪੋਲਿਟਿਕਸ ਵਾਕਈ ਠੀਕ ਗੱਲ ਹੈ ਪਰ ਇਸ਼ੂ ਉਹ ਉਠਾਣੇ ਚਾਹੀਦੇ ਨੇ ਜੋ ਵਾਕਈ ਉਠਾਏ ਜਾਣ ਦੇ ਲਾਇਕ ਨੇ ਜਿਨ੍ਹਾਂ ਨੂੰ ਉਠਾ ਕੇ ਉਹਨਾਂ ਨੂੰ ਖਤਮ ਕਰਕੇ ਉਹਨਾਂ ਦਾ ਹੱਲ ਕਰਕੇ ਸੋਸਾਇਟੀ ਨੂੰ ਸਮਾਜ ਨੂੰ ਜਮਹੂਰੀਅਤ ਨੂੰ ਇੱਕ ਸਹੀ ਦਿਸ਼ਾ ਇੱਕ ਸਹੀ ਸੇਧ ਦਿੱਤੀ ਜਾ ਸਕੇ ਵਾਕਈ ਇਸ਼ੂ ਬੇਸਡ ਪੋਲਿਟਿਕਸ ਜ਼ਰੂਰ ਹੈ ਪਰ ਇਸ਼ੂ ਇਸ ਲਈ ਚੁੱਕੇ ਜਾਂਦੇ ਨੇ ਕਿ ਲੋਕ ਉਹਦੇ ਵਿੱਚ ਸਾਥ ਦੇਣ ਉਹਨਾਂ ਸਾਰੇ ਇਸ਼ੂਜ਼ ਨੂੰ ਸਮਾਪਤ ਕਰਨ ਦੇ ਵਿੱਚ ਜੋ ਪਤਾ ਨਹੀਂ ਸਦੀਆਂ ਤੋਂ ਇਸ ਸਮਾਜ ਦੇ ਵਿੱਚ جاری ਨੇ ਤੇ ਅੱਜ ਮਾਡਰਨ ਟਾਈਮਜ਼ ਦੇ ਵਿੱਚ ਉਹਨਾਂ ਦਾ ਹੱਲ ਹੋਣਾ ਚਾਹੀਦਾ ਹੈ ਤਾਂ ਕਿ ਇੱਕ ਸਹੀ ਜ਼ਿੰਦਗੀ ਨੂੰ ਸਰੂਪ ਦਿੱਤਾ ਜਾ ਸਕੇ ਜੋ ਹੁਣੇ-ਹੁਣੇ ਪ੍ਰਕਾਸ਼ਿਤ ਹੋਈ ਹੈ ਪਬਲਿਸ਼ ਹੋਈ ਹੈ ਵਿਸ਼ਵ ਰਿਪੋਰਟ ਦੇ ਵਿੱਚ ਜੋ ਨਾ ਬਰਾਬਰੀ ਹੈ ਦੇਸ਼ਾਂ ਦੇ ਵਿੱਚ ਲੋਕਾਂ ਦੇ ਵਿੱਚ ਉਹਦੀ ਖਾਸ ਚਰਚਾ ਹੋਣੀ ਚਾਹੀਦੀ ਹੈ ਇਸ ਮੌਕੇ ਦੇ ਉੱਤੇ ਤਾਂ ਕਿ ਇਸ ਨਾ ਬਰਾਬਰੀ ਨੂੰ ਦੂਰ ਕੀਤਾ ਜਾ ਸਕੇ ਜਮਹੂਰੀਅਤ ਦੇ ਵਿੱਚ ਉਹ ਕੌਣ ਲੋਕ ਨੇ ਜੋ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਆਪਣੇ ਪੈਸੇ ਦਾ ਇਸਤੇਮਾਲ ਕਰਕੇ ਅਮੀਰ ਤੋਂ ਹੋਰ ਅਮੀਰ ਹੋ ਰਹੇ ਨੇ ਤੇ ਉਹ ਕੌਣ ਲੋਕ ਨੇ ਜੋ ਇਹਨਾਂ ਲੋਕਾਂ ਦੀ ਚਲਾਕੀ ਦਾ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਗਰੀਬ ਤੋਂ ਹੋਰ ਗਰੀਬ ਹੁੰਦੇ ਜਾ ਰਹੇ ਨੇ ਤੇ ਉਹ ਕੌਣ ਲੋਕ ਨੇ ਜੋ ਜਮਹੂਰੀਅਤ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ ਜੋ ਇਹਨਾਂ ਅਮੀਰ ਲੋਕਾਂ ਦਾ ਸਾਥ ਦਿੰਦੇ ਨੇ ਤੇ ਇਹਨਾਂ ਨੂੰ ਹੋਰ ਅਮੀਰ ਬਣਨ ਦੇ ਵਿੱਚ ਮਦਦ ਕਰ ਦਿੰਦੇ ਨੇ ਇਸ ਚੀਜ਼ ਨੂੰ ਵੀ ਦੇਖਣਾ ਤੇ ਕੋਖਣਾ ਤੇ ਜਾਨਣਾ ਜ਼ਰੂਰੀ ਹੈ ਜੋ ਵਿਸ਼ਵ ਪੱਧਰ ਤੇ ਉੱਤਨੀ ਰਿਪੋਰਟ छੱਪੀ ਹੈ ਨਾ ਬਰਾਬਰੀ ਦੀ ਕਿ ਦੇਸ਼ ਵੀ ਆਪਸ ਦੇ ਵਿੱਚ ਨਾ ਬਰਾਬਰ ਨੇ ਕੁਝ ਅਮੀਰ ਦੇਸ਼ ਨੇ ਕੁਝ ਗਰੀਬ ਦੇਸ਼ ਨੇ ਲੋਕ ਵੀ ਉਹਨਾਂ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਨਾ ਬਰਾਬਰ ਨੇ ਉਹਨਾਂ ਦੇ ਵਿੱਚ ਵੀ ਨਾ ਬਰਾਬਰੀ ਹੈ ਕੁਝ ਬਹੁਤ ਜ਼ਿਆਦਾ ਅਮੀਰ ਨੇ ਕੁਝ ਬਹੁਤ ਜ਼ਿਆਦਾ ਗਰੀਬ ਨੇ ਤੇ ਉਸ ਰਿਪੋਰਟ ਦੇ ਮੁਤਾਬਕ ਜੋ ਉੱਪਰਲੇ 10% ਅਮੀਰ ਲੋਕ ਨੇ ਉਹ ਤਕਰੀਬਨ 50% ਦੌਲਤ ਦੂ ਕਬਜ਼ੇ ਵਿੱਚ ਰੱਖਦੇ ਨੇ ਆਪਣੀ ਪੂਰੀ ਦੁਨੀਆ ਦੀ ਦੌਲਤ ਨੂੰ ਤਾਂ ਇਹ ਕਿਹੜੀਆਂ ਤਾਕਤਾਂ ਨੇ ਜੋ ਜਮਹੂਰੀਅਤ ਦੇ ਖਿਲਾਫ ਕੰਮ ਕਰ ਰਹੀਆਂ ਨੇ ਇਹਨਾਂ ਬਾਰੇ ਵੀ ਇੱਕ ਵਿਚਾਰ ਹੋਣਾ ਚਾਹੀਦਾ ਹੈ ਸੰਵਿਧਾਨ ਦੇ ਮੁਤਾਬਿਕ ਕਿਸੇ ਵੀ ਦੇਸ਼ ਦੇ ਸੰਵਿਧਾਨ ਦੇ ਮੁਤਾਬਿਕ ਇਹਨਾਂ ਤਾਕਤਾਂ ਨੂੰ ਜੋ ਸੰਵਿਧਾਨ ਦੇ ਖਿਲਾਫ ਕੰਮ ਕਰ ਰਹੀਆਂ ਨੇ ਨਕੇਲ ਪੈਣੀ ਚਾਹੀਦੀ ਹੈ ਲੋਕਾਂ ਦੀ ਜਮਹੂਰੀਅਤ ਹੋਣੀ ਚਾਹੀਦੀ ਹੈ ਲੋਕ ਹਿੱਤ ਵਿੱਚ ਹੋਣੀ ਚਾਹੀਦੀ ਹੈ ਲੋਕ ਲਹਿਰ ਐਸੀ ਪੈਦਾ ਹੋਣੀ ਚਾਹੀਦੀ ਹੈ ਜੋ ਇੰਨਾ ਗਲਤ ਤਾਕਤਾਂ ਨੂੰ ਜੋ ਸਮਾਜ ਦੇ ਖਿਲਾਫ ਜਮਹੂਰੀਅਤ ਦੇ ਖਿਲਾਫ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਫੜ ਕੇ ਉਹਨਾਂ ਦੀ ਬਣਦੀ ਸਜ਼ਾ ਉਹਨਾਂ ਨੂੰ ਦੇਣੀ ਚਾਹੀਦੀ ਹੈ ਐਸੀ ਲੋਕ ਲਹਿਰ ਚੱਲਣੀ ਚਾਹੀਦੀ ਹੈ ਜਿਸ ਦੀ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਹੈ ਜੋ ਪੰਜਾਬ ਤੇ ਧਰਤੀ ਤੋਂ ਉੱਠਿਆ ਕਿਸਾਨ ਅੰਦੋਲਨ ਅੱਜ ਪੂਰੀ ਦੁਨੀਆ ਵਿੱਚ ਫੈਲ ਚੁੱਕਾ ਹੈ ਇਹ ਨਸੀਹਤ ਮਿਲਦੀ ਹੈ ਪੂਰੇ ਵਿਸ਼ਵ ਨੂੰ ਕਿ ਕਿਵੇਂ ਇਕੱਠੇ ਹੋ ਕੇ ਅਸੀਂ ਇੰਨਾਂ ਤਾਕਤਾਂ ਦੇ ਖਿਲਾਫ ਲੜ ਵੀ ਸਕਦੇ ਹਾਂ ਸ਼ਾਂਤੀਪੂਰਨ ਢੰਗ ਦੇ ਨਾਲ ਤੇ ਜਿੱਤ ਵੀ ਸਕਦੇ ਹਾਂ ਫਤਿਹ ਵੀ ਕਰ ਸਕਦੇ ਹਾਂ ਤੇ ਆਪਣਾ ਸਿਰ ਸਨਮਾਨ ਨਾਲ ਉੱਚਾ ਵੀ ਕਰ ਸਕਦੇ ਹਾਂ ਸਾਡੇ ਜੀਵਨ ਦੇ ਵਿੱਚ ਜੁਗਾੜ ਟੈਕਨੋਲੋਜੀ ਦਾ ਬੜਾ ਮਹੱਤਵਪੂਰਨ ਸਥਾਨ ਹੈ ਹਰੇਕ ਦੇ ਜੀਵਨ ਦੇ ਵਿੱਚ ਜੁਗਾੜ ਟੈਕਨੋਲੋਜੀ ਬੜਾ ਕੰਮ ਕਰਦੀ ਹੈ ਫੋਰ ਐਗਜ਼ਾਮਪਲ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਤਾਂ ਸਮਝੋ ਕਿ ਜੇ ਤੁਹਾਡੀ ਇਨਕਮ ਘਟ ਹੈ ਤਾਂ ਇਨਕਮ ਨੂੰ ਵਧਾਣ ਵਾਸਤੇ ਕੋਈ ਨਾ ਕੋਈ ਨਾਲ ਕੰਮ ਤੁਸੀਂ ਸ਼ੁਰੂ ਕਰਦੇ ਹੋ ਯਾਨੀ ਕਿ ਇਨਕਮ ਨੂੰ ਵਧਾਣ ਦਾ ਜੁਗਾੜ ਤੁਸੀਂ ਸੈੱਟ ਕਰਦੇ ਪਏ ਹੋ ਤਾਂ ਉਹਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਵੀ ਨਹੀਂ ਕਰਦੇ ਕੋਈ ਗਲਤ ਢੰਗ ਵੀ ਨਹੀਂ ਅਪਣਾਉਂਦੇ ਤਾਂ ਬਹੁਤ ਵਧੀਆ ਗੱਲ ਹੈ ਇੱਕ ਸਾਫ਼ ਸੁੰਦਰ ਪਵਿੱਤਰ ਕੰਮ ਕਰਕੇ ਤੁਸੀਂ ਜੁਗਾੜ ਦਾ ਇਸਤੇਮਾਲ ਕਰਕੇ ਆਪਣੀ ਆਮਦਨ ਵਧਾ ਰਹੇ ਹੋ ਕਿੱਥੇ ਨੌਕਰੀ ਕਰਦੇ ਹੋ ਉੱਥੇ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਪੋਲਿਟਿਕਸ ਹੈ ਡਿਪਾਰਟਮੈਂਟ ਦੇ ਅੰਦਰ ਕਿਉਂਕਿ ਹਰ ਜਗ੍ਹਾ ਪੋਲਿਟਿਕਸ ਐਗਜ਼ਿਸਟ ਕਰਦਾ ਹੈ ਅਸੀਂ ਇਹ ਗੱਲ ਸਵੀਕਾਰ ਕਰਦੇ ਹਾਂ ਸਾਡੇ ਐਕਸਪੀਰੀਅੰਸ ਦੇ ਵਿੱਚ ਆਉਂਦੀ ਹੈ ਤਾਂ ਉੱਥੇ ਵੀ ਤੁਸੀਂ ਕਿਸ ਤਰ੍ਹਾਂ ਸਭ ਦੇ ਨਾਲ ਆਪਣਾ ਮਤੀਰਾ ਰੱਖਦੇ ਹੋ ਕਿੱਦਾਂ ਮਿਲ ਜੁਲ ਕੇ ਤੁਸੀਂ ਸਭ ਦੇ ਨਾਲ ਰਹਿੰਦੇ ਹੋ ਉੱਥੇ ਵੀ ਕਿਤੇ ਨਾ ਕਿਤੇ ਤੁਹਾਨੂੰ ਜੁਗਾੜ ਦੀ ਸੈਟਿੰਗ ਕਰਨੀ ਪੈਂਦੀ ਹੈ ਹਰੇਕ ਇਨਸਾਨ ਕਿਸੇ ਵੀ ਬਿਜ਼ਨਸ 'ਚ ਹੋਵੇ ਕਿਸੇ ਵੀ ਪ੍ਰੋਫੈਸ਼ਨ 'ਚ ਹੋਵੇ ਕਿਸੇ ਵੀ ਆਫਿਸ 'ਚ ਹੋਵੇ ਉੱਥੇ ਇੱਕ ਜੁਗਾੜ ਦੀ ਸੈਟਿੰਗ ਉਹਨੂੰ ਕਰਨੀ ਪੈਂਦੀ ਹੈ ਤਾਂ ਜਾ ਕੇ ਉਹ ਸਭ ਕੁਝ ਸੈੱਟ ਕਿ ਵਕੋ ਵਕ ਸੁਬਾ ਦੇ ਲੋਕ ਨੇ ਵਕੋ ਵਕ ਨੇਚਰ ਦੇ ਲੋਕ ਨੇ ਇਹ ਵੀ ਦੇਖ ਨੂੰ ਆਂਦਾ ਹੈ ਇਹ ਸਭ ਸਾਈਕੋਲੋਜਿਸਟ ਸਮਝਾਉਂਦੇ ਨੇ ਮਨੋਵਿਗਿਆਨੀ ਸਮਝਾਉਂਦੇ ਨੇ ਜੋ ਇਨਸਾਨ ਦੀ ਫਿਤਰਤ ਹੈ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਉਹੀ ਸਾਂਝੀਆਂ ਕਰ ਰਿਹਾ ਜੋ ਮਾਹਿਰਾਂ ਦਾ ਮੰਨਣਾ ਹੈ ਕਿ ਹਰ ਥਾਂ ਦੇ ਉੱਤੇ ਸਾਨੂੰ ਜੁਗਾੜ ਟੈਕਨੋਲੋਜੀ ਦਾ ਇਸਤੇਮਾਲ ਕਰਨਾ ਪੈਂਦਾ ਕਿਤੇ ਬਿਜ਼ਨਸ ਦੀਆਂ ਅਸਾਈਨਮੈਂਟਸ ਲੈਣੀਆਂ ਪੈਂਦੀਆਂ ਨੇ ਕਿਤੇ ਆਪਣੇ ਬਿਜ਼ਨਸ ਨੂੰ ਅੱਗੇ ਵਧਾਣਾ ਪੈਂਦਾ ਹੈ ਕਿਤੇ ਸਾਨੂੰ ਕਲਾਇੰਟਸ ਨਾਲ ਡੀਲ ਕਰਨਾ ਪੈਂਦਾ ਹੈ ਕਿਤੇ ਕਲਾਇੰਟਸ ਸਾਡੇ ਨਾਲ ਡੀਲ ਕਰਦੇ ਨੇ ਹਰ ਥਾਂ ਤੇ ਜੁਗਾੜ ਟੈਕਨੋਲੋਜੀ ਦਾ ਇਸਤੇਮਾਲ ਹੁੰਦਾ ਹੈ ਤਾਂ ਉਸੇ ਤਰ੍ਹਾਂ ਜੇ ਅਸੀਂ ਦੇਖਿਆ ਜਾਵੇ ਵਿਦਿਆ ਦੇ ਖੇਤਰ ਦੇ ਵਿੱਚ ਕਈ ਲੋਕ ਕਾਪੀ ਕਰਦੇ ਨੇ ਨਕਲ ਮਾਰਦੇ ਨੇ ਉਹ ਵੀ ਜੁਗਾੜ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਨੇ ਆਨਲਾਈਨ ਸਟੱਡੀਜ਼ ਹੋਈਆਂ ਕਰੋਨਾ ਦੇ ਦੌਰਾਨ ਆਨਲਾਈਨ ਅਸਾਈਨਮੈਂਟਸ ਹੋਈਆਂ ਕਰੋਨਾ ਦੇ ਦੌਰਾਨ ਤੇ ਅਸੀਂ ਦੇਖਿਆ ਕਿ ਮਾਂ ਬਾਪ ਆਪਣੇ ਬੱਚਿਆਂ ਦੇ ਸਵਾਲ ਹੱਲ ਕਰਦੇ ਪਏ ਨੇ ਉਹਨਾਂ ਦੇ ਐਗਜ਼ਾਮੀਨੇਸ਼ਨਸ ਦਿੰਦੇ ਪਏ ਨੇ ਉਹ ਵੀ ਜੁਗਾੜ ਟੈਕਨੋਲੋਜੀ ਦਾ ਇਸਤੇਮਾਲ ਹੁੰਦਾ ਪਿਆ ਤਾਂ ਕਿ ਸਾਡੇ ਬੱਚੇ ਚੰਗੇ ਨੰਬਰਾਂ ਦੇ ਵਿੱਚ ਪਾਸ ਹੋ ਜਾਣ ਇਤਨਾ ਕਸੀ-ਅਸੀ ਸਿਆਸਤ ਦੇ ਵਿੱਚ ਵੀ ਦੇਖਦੇ ਹਾਂ ਕਿ ਇਨਸਾਨ ਕਿਸ ਤਰ੍ਹਾਂ ਜੁਗਾੜ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਾਂਦਾ ਹੈ ਦੂਜੀ ਤੋਂ ਤੀਜੀ ਪਾਰਟੀ ਦੇ ਵਿੱਚ ਜਾਂਦਾ ਹੈ ਤਰਕ ਦਿੰਦਾ ਹੈ ਕਿ ਉਸ ਪਾਰਟੀ ਦੀ ਆਈਡੀਓਲੋਜੀ ਮੈਨੂੰ ਸੂਟ ਨਹੀਂ ਕਰਦੀ ਫਲਾਹ ਪਾਰਟੀ ਦੀ ਆਈਡੀਓਲੋਜੀ ਮੈਨੂੰ ਸੂਟ ਨਹੀਂ ਕਰਦੀ ਇਸ ਪਾਰਟੀ ਦੀ ਆਈਡੀਓਲੋਜੀ ਬਹੁਤ ਵਧੀਆ ਹੈ ਪਰ ਜੇ ਇਸ ਪਾਰਟੀ ਵਿੱਚ ਵੀ ਕੋਈ ਗੜਬੜ ਹੋ ਜਾਵੇ ਜੁਗਾੜ ਟੈਕਨੋਲੋਜੀ ਸੈੱਟ ਨਾ ਬੈਠੇ ਤਾਂ ਇੱਥੋਂ ਫਿਰ ਕਿਤੇ ਹੋਰ ਜਾਣ ਦੀ ਤਿਆਰੀ ਹੁੰਦੀ ਹੈ ਫਿਰ ਇੱਕ ਨਵਾਂ ਜੁਗਾੜ ਲੱਭਿਆ ਜਾਂਦਾ ਹੈ ਹਰ ਜਗ੍ਹਾ ਜੁਗਾੜ ਹੁੰਦਾ ਪਿਆ ਹੈ ਸੋ ਕਿਸੇ ਵੀ ਖੇਤਰ ਵਿੱਚ ਜੁਗਾੜ ਹੈ ਇੱਥੋਂ ਤੱਕ ਕਿ ਮੈਂ ਦੇਖਦਾ ਹੁੰਦਾ ਸੀ ਕਿ ਇੱਕ ਜਗ੍ਹਾ ਦੇ ਉੱਤੇ ਅਸੀਂ ਬੱਚੇ ਇਕੱਠੇ ਹੋ ਕੇ ਅੱਧੀ ਛੁੱਟੀ ਵੇਲੇ ਜਦੋਂ ਸਾਡੇ ਸਕੂਲ ਦੇ ਆਸ-ਪਾਸ ਕਈ ਆਵਾਰਾ ਡੌਗਿਸ ਦੇਖਦੇ ਹਾਂ ਕੁੱਤੇ ਦੇਖਦੇ ਹਾਂ ਅਸੀਂ ਘੁੰਮਦੇ ਹੋਏ ਤਾਂ ਉਹਨਾਂ ਨੂੰ ਰੋਟੀ ਪਾਉਂਦੇ ਆ ਤਾਂ ਉਹ ਕਿਦਾਂ ਆਪਸ ਦੇ ਵਿੱਚ ਝਗੜਾ ਕਰਦੇ ਨੇ ਝਪੜਦੇ ਨੇ ਇੱਕ ਦੂਜੇ ਦੇ ਉੱਤੇ ਪਰ ਉਹਨਾਂ ਵਿੱਚੋਂ ਇੱਕ ਬੜਾ ਸਮਾਰਟ ਕੁੱਤਾ ਹੁੰਦਾ ਸੀ ਜੋ ਛਾਲ ਮਾਰ ਕੇ ਆਉਂਦਾ ਸੀ ਤੇ ਵਿੱਚੋਂ ਰੋਟੀ ਚੱਕ ਕੇ ਲੈ ਜਾਂਦਾ ਸੀ ਇਹ ਉਹਦਾ ਜੁਗਾੜ ਸੀ ਉਸ ਰੋਟੀ ਨੂੰ ਹਥਿਆਉਣ ਦਾ ਸੋ ਕੁੱਤਿਆਂ ਦੇ ਵਿੱਚ ਵੀ ਇਹ ਜੁਗਾੜ ਹੈ ਯਾਨੀ ਕਿ ਹਰ ਜੀਵ ਦੇ ਵਿੱਚ ਜੁਗਾੜ ਹੈ ਹਰ ਜੀਵ ਪੰਛੀ ਪਰਿੰਦੇ ਸਭ ਜੋ ਇਸ ਧਰਤੀ ਦੇ ਉੱਤੇ ਰਹਿੰਦੇ ਨੇ ਉਹ ਜੁਗਾੜ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਨੇ ਸੋ ਮੈਂ ਜੇ ਇੱਕ ਐਗਜ਼ਾਮਪਲ ਦਿੱਤੀ ਆਪਣੇ ਸਕੂਲ ਟਾਈਮ ਦੀ ਜੋ ਮੈਂ ਬਚਪਨ ਚ ਦੇਖਦਾ ਸੀ ਉਸ ਡੌਗੀ ਨੂੰ ਇੱਕੋ ਦਮ ਰੋਟੀ ਕਿਵੇਂ ਖੋ ਕੇ ਲੈ ਜਾਂਦਾ ਸੀ ਬਾਕੀ ਸਭ ਡੌਗਿਸ ਤੋਂ ਤਾਂ ਉਹ ਵੀ ਉਹਦੀ ਜੁਗਾੜ ਟੈਕਨੋਲੋਜੀ ਸੀ ਸੋ ਇਹ ਸਭ ਚੀਜ਼ਾਂ ਅਸੀਂ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਕਿ ਜੁਗਾੜ ਟੈਕਨੋਲੋਜੀ ਦਾ ਇਸਤੇਮਾਲ ਅਸੀਂ ਹਰ ਥਾਂ ਤੇ ਕਰਦੇ ਹਾਂ ਪਰਿਵਾਰ ਦੇ ਵਿੱਚ ਵੀ ਜੁਗਾੜ ਟੈਕਨੋਲੋਜੀ ਹੁੰਦੀ ਹੈ ਨੂੰ ਸੱਤਸ ਦੇ ਰਿਸ਼ਤੇ ਵਿੱਚ ਵੀ ਜੁਗਾੜ ਟੈਕਨੋਲੋਜੀ ਹੁੰਦੀ ਹੈ ਰਿਸ਼ਤੇਦਾਰਾਂ ਵਿੱਚ ਵੀ ਜੁਗਾੜ ਟੈਕਨੋਲੋਜੀ ਹੁੰਦੀ ਹੈ ਕਿੱਥੇ ਜੁਗਾੜ ਟੈਕਨੋਲੋਜੀ ਨਹੀਂ ਹੁੰਦੀ ਹਰ ਥਾਂ ਤੇ ਜੁਗਾੜ ਟੈਕਨੋਲੋਜੀ ਹੁੰਦੀ ਹੈ ਵੱਡੇ ਵੱਡੇ ਰਾਕਟਸ ਉਡਾਏ ਜਾਂਦੇ ਨੇ ਜੋ ਅੰਤਰਿਕਸ਼ ਵਿੱਚ ਭੇਜੇ ਜਾਂਦੇ ਨੇ ਉੱਥੇ ਵੀ ਜੁਗਾੜ ਟੈਕਨੋਲੋਜੀ ਹੈ ਵੱਡੇ ਵੱਡੇ ਹਥਿਆਰ ਬਣਾਏ ਜਾਂਦੇ ਨੇ ਉੱਥੇ ਵੀ ਜੁਗਾੜ ਟੈਕਨੋਲੋਜੀ ਹੈ ਕਿਸ ਥਾਂ ਤੇ ਜੁਗਾੜ ਟੈਕਨੋਲੋਜੀ ਨਹੀਂ ਹੈ ਸਪੋਰਟਸ ਦੇ ਵਿੱਚ ਵੀ ਜੁਗਾੜ ਟੈਕਨੋਲੋਜੀ ਹੈ ਸੋ ਬੱਸ ਦੇ ਵਿੱਚ ਚੜਨਾ ਹੋਵੇ ਜੁਗਾੜ ਟੈਕਨੋਲੋਜੀ ਹੈ ਟ੍ਰੇਨ ਦੇ ਵਿੱਚ ਚੜਨਾ ਹੋਵੇ ਜੁਗਾੜ ਟੈਕਨੋਲੋਜੀ ਹੈ ਕੁਝ ਤੁਸੀਂ ਖਰੀਦਣ ਜਾਂਦੇ ਹੋ ਸ਼ਾਪਿੰਗ ਮਾਲ ਦੇ ਵਿੱਚ ਖਰੀਦਦੇ ਹੋ ਸੜਕ ਦੇ ਉੱਤੇ ਖਰੀਦਦੇ ਹੋ ਉੱਥੇ ਵੀ ਜੁਗਾੜ ਟੈਕਨੋਲੋਜੀ ਤੁਹਾਡਾ ਸਾਥ ਦਿੰਦੀ ਹੈ ਕਿ ਭਾਅ ਕਿਵੇਂ ਕਰਨਾ ਹੈ ਵਧੀਆ ਚੀਜ਼ ਕਿਵੇਂ ਚੁਣਨੀ ਹੈ ਸੋ ਜੁਗਾੜ ਟੈਕਨੋਲੋਜੀ ਬਿਲਕੁਲ ਸਹੀ ਹੈ ਹਰ ਥਾਂ ਤੇ ਫਿੱਟ ਹੁੰਦੀ ਹੈ ਬਿਲਕੁਲ ਪੋਜ਼ਿਟਿਵ ਚੀਜ਼ ਹੈ ਫਿੱਟ ਕਰਨੀ ਵੀ ਚਾਹੀਦੀ ਹੈ ਕਿਉਂਕਿ ਤੁਸੀ ਸਰਵਾਈਵ ਕਰਨਾ ਹੈ ਤੁਸੀ ਆਪਣਾ ਕੰਮ ਕਰਨਾ ਹੈ ਪਰ ਜੁਗਾੜ ਟੈਕਨੋਲੋਜੀ ਉੱਥੇ ਆ ਕੇ ਗਲਤ ਹੋ ਜਾਂਦੀ ਹੈ ਜਿੱਥੇ ਉਹਦੇ ਵਿੱਚ ਕੋਈ ਪਾਪ ਸ਼ਾਮਿਲ ਹੋ ਜਾਂਦਾ ਹੈ ਜਿੱਥੇ ਉਹਦੇ ਵਿੱਚ ਕੋਈ ਕ੍ਰਾਈਮ ਸ਼ਾਮਿਲ ਹੋ ਜਾਂਦਾ ਹੈ ਜਿੱਥੇ ਉਹਦੇ ਵਿੱਚ ਦੂਸਰੇ ਨੂੰ ਨੁਕਸਾਨ ਦੇਣਾ ਸ਼ਾਮਿਲ ਹੋ ਜਾਂਦਾ ਹੈ ਜਿਸ ਦੇ ਵਿੱਚ ਦੂਸਰੇ ਨੂੰ ਇਸਤੇਮਾਲ ਕਰਕੇ ਉਹਦਾ ਫਾਇਦਾ ਚੁੱਕ ਕੇ ਉਸ ਨੂੰ ਖਤਮ ਕਰਕੇ अपना फायदा करना शामिल हो जाता है जब वो समाज ਦੇ ਖਿਲਾਫ ਹੋ ਜਾਂਦੀ ਹੈ ਜਦੋਂ ਇਹ ਇਨਸਾਨਾਂ ਦੇ ਖਿਲਾਫ ਹੋ ਜਾਂਦੀ ਹੈ ਜਦੋਂ ਦੂਸਰੇ ਜੀਵਾਂ ਦੇ ਖਿਲਾਫ ਹੋ ਜਾਂਦੀ ਹੈ ਜਦੋਂ ਅਸੀਂ ਕਹਿਣ ਲੱਗ ਪੈਂਦੇ ਹਾਂ ਸਕਸੈਸ ਐਟ ਐਨੀ ਕੋਸਟ ਉਦੋਂ ਜੁਗਾੜ ਟੈਕਨੋਲੋਜੀ ਬਿਲਕੁਲ ਗਲਤ ਹੋ ਜਾਂਦੀ ਹੈ ਸੋ ਜੁਗਾੜ ਟੈਕਨੋਲੋਜੀ ਨੂੰ ਪਵਿੱਤਰ ਰਹਿਣ ਦਈਏ ਸਹੀ ਰਹਿਣ ਦਈਏ ਜਿਸ ਸਹੀ ਮਾਇਨੇ ਚ ਨੂੰ ਕਹੀਏ ਤਾਂ ਇਹ ਅੰਡਰਸਟੈਂਡਿੰਗ ਹੈ ਕਨਸੀਡਰੇਟ ਹੋਣਾ ਹੈ ਤੁਸੀਂ ਕਿੰਨੇਕ ਸੰਵੇਦਨਸ਼ੀਲ ਹੋ ਕਿੰਨੇਕ ਸੈਂਸਿਟਿਵ ਹੋ ਦੂਜੇ ਨੂੰ ਕਿੰਨੀ ਆਸਾਨੀ ਨਾਲ ਕਿੰਨੀ ਗਹਿਰਾਈ ਨਾਲ ਸਮਝਦੇ ਹੋ ਆਪਣੇ ਆਪ ਨੂੰ ਕਿੰਨੀ ਗਹਿਰਾਈ ਨਾਲ ਕਿੰਨੀ ਆਸਾਨੀ ਨਾਲ ਦੂਜੇ ਨੂੰ ਸਮਝਾ ਸਕਦੇ ਹੋ ਜੁਗਾੜ ਟੈਕਨੋਲੋਜੀ ਕੋਈ ਮਾੜੀ ਟੈਕਨੋਲੋਜੀ ਨਹੀਂ ਹੈ ਇਹ ਇੱਕ ਤਰ੍ਹਾਂ ਦੀ ਅੰਡਰਸਟੈਂਡਿੰਗ ਹੈ ਜੋ ਹਰ ਇਨਸਾਨ ਦੇ ਅੰਦਰ ਹੋਣੀ ਚਾਹੀਦੀ ਹੈ ਕਿ ਉਹ ਹਰ ਤਰ੍ਹਾਂ ਦੇ ਹਾਲਾਤ ਨੂੰ ਸਮਝਦੇ ਹੋਏ ਉਹਨਾਂ ਹਾਲਾਤਾਂ ਦੇ ਮੁਤਾਬਿਕ ਕੰਮ ਕਰਦਾ ਹੈ ਤੇ ਉਹੀ ਕੰਮ ਕਰਦਾ ਹੈ ਜੋ ਹਰ ਪਾਸਿਓ ਸਹੀ ਕੰਮ ਹੁੰਦਾ ਹੈ ਅਸੀਂ ਹਮੇਸ਼ਾ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਵੈਸੇ ਤੇ ਇਸ ਧਰਤੀ ਦੇ ਉੱਤੇ ਰਹਿਣ ਵਾਲੇ ਹਰ ਜੀਵ ਦਾ ਅਧਿਕਾਰ ਹੈ ਕਿ ਉਹ ਜੀ ਸਕੇ ਉਹਨੂੰ ਜਿਉਣ ਦਿਓ ਪਰ ਅਸੀਂ ਨਾਲ-ਨਾਲ ਗੱਲ ਕਰਦੇ ਹਾਂ ਜਦੋਂ ਮਨੁੱਖੀ ਅਧਿਕਾਰਾਂ ਦੀ ਤਾਂ ਉਹਦੇ ਵਿੱਚ ਰੋਟੀ ਕਪੜਾ ਤੇ ਮਕਾਨ ਦੀ ਜ਼ਰੂਰਤ ਸਿੱਖਿਆ ਦੀ ਜ਼ਰੂਰਤ ਸਿਹਤ ਸਹੂਲਤਾਂ ਦੀ ਜ਼ਰੂਰਤ ਸਭ ਤੋਂ ਪਹਿਲਾਂ ਆ ਜਾਂਦੀ ਹੈ ਤਾਂ ਐਕਸਪਰਟਸ ਕਹਿੰਦੇ ਨੇ ਕਿ ਸਾਨੂੰ ਕਿਤੇ ਵੀ ਰਹਿਣ ਤੋਂ ਪਹਿਲਾਂ ਜੋ ਸਾਡੇ ਮਨੁੱਖੀ ਅਧਿਕਾਰ ਨੇ ਉਹ ਕਿੰਨੇ ਕੁ ਸੁਰੱਖਿਅਤ ਨੇ ਉਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਜਿੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਜਿੱਥੇ ਵੀ ਅਸੀਂ ਰਹਿ ਰਹੇ ਹਾਂ ਜਿੰਨਾ ਲੋਕਾਂ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਜਿਸ ਸਮਾਜ ਦਾ ਅਸੀਂ ਹਿੱਸਾ ਹਾਂ ਅਸੀਂ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖੀਏ ਕਿ ਸਾਡੇ ਮਨੁੱਖੀ ਅਧਿਕਾਰਾਂ ਦੀ ਉੱਥੇ ਰੱਖਿਆ ਹੋ ਰਹੀ ਹੈ ਕਿ ਨਹੀਂ ਹੋ ਰਹੀ ਸਾਡੇ ਮਨੁੱਖੀ ਅਧਿਕਾਰ ਉੱਥੇ ਕਿੰਨੇ ਕੁ ਜ਼ਿਆਦਾ ਸ਼ੋਸ਼ਣ ਦੇ ਸ਼ਿਕਾਰ ਹੋ ਰਹੇ ਨੇ ਅਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੀਏ ਸੋ ਇਸੇ ਤਰ੍ਹਾਂ ਹੀ ਹੈ ਕਿ ਅਸੀਂ ਕਿਹੜੇ ਇਹ ਚੜ੍ਹ ਚ ਰਹੀਏ ਜਿੱਥੇ ਰਹਿਣਾ ਸਾਡੇ ਵਾਸਤੇ ਆਸਾਨ ਹੋਵੇ ਜਿੱਥੇ ਰੋਜ਼ਗਾਰ ਹੈ ਜਿੱਥੇ ਰਹਿਣਾ ਜ਼ਿਆਦਾ ਮਹਿੰਗਾ ਨਹੀਂ ਹੈ ਜਿੱਥੇ ਜ਼ਮੀਨਾਂ ਦੀਆਂ ਕੀਮਤਾਂ ਜਾਂ ਰਹਿਣ ਵਾਲੀ ਪ੍ਰਾਪਰਟੀ ਦੀਆਂ ਕੀਮਤਾਂ ਸਾਡੀ ਪਹੁੰਚ ਦੇ ਵਿੱਚ ਨੇ ਜਿੱਥੇ ਸਾਨੂੰ ਸਾਰੀਆਂ ਸੁਵਿਧਾਵਾਂ ਮਿਲਦੀਆਂ ਨੇ ਜਿੱਥੇ ਸਾਨੂੰ ਚੰਗਾ ਆਂਡ ਗੁਆਂਢ ਮਿਲਦਾ ਹੈ ਇਹ ਸਾਰੇ ਸਾਨੂੰ ਰਿਸਰਚ ਕਰਕੇ ਹੀ ਉੱਥੇ ਜਾ ਕੇ ਰਹਿਣਾ ਚਾਹੀਦਾ ਹੈ ਕਈ ਵਾਰ ਕੀ ਹੁੰਦਾ ਕਿ ਅਸੀਂ ਲੋੜ ਦੇ ਮੁਤਾਬਿਕ ਕਿਤੇ ਵੀ ਸ਼ਿਫਟ ਹੋ ਜਾਂਦੇ ਆ ਸਾਨੂੰ ਇਸ ਟਾਈਮ ਜਾਂ ਐਨ ਮੌਕੇ ਦੇ ਉੱਤੇ ਕੋਈ ਹੋਰ ਜਗ੍ਹਾ ਨਹੀਂ ਮਿਲ ਰਹੀ ਹੁੰਦੀ ਵਾਸਤੇ ਅਸੀਂ ਕਿਤੇ ਵੀ ਰਹਿਣ ਵਾਸਤੇ ਮਜਬੂਰ ਹੋ ਜਾਂਦੇ ਆ ਪਰ ਕਿਤਨਾ ਕਿਤੇ ਸਾਨੂੰ ਇਹ ਪਹਿਲਾਂ ਤੋਂ ਹੀ ਤਿਆਰੀ ਰੱਖਣੀ ਚਾਹੀਦੀ ਹੈ ਕਿਉਂਕਿ ਵਕੂ ਵਕ ਸਰਵੇਜ਼ ਵੀ ਆਉਂਦੀਆਂ ਨੇ ਵਕੂ ਵਕ ਹਾਲਾਤ ਵੀ ਬਿਆਨ ਹੁੰਦੇ ਨੇ ਅੱਜ ਕੱਲ ਤੇ ਸੋਸ਼ਲ ਮੀਡੀਆ ਦੇ ਉੱਤੇ ਸਭ ਕੁਝ ਸਾਨੂੰ ਮਿਲ ਜਾਂਦਾ ਸੋ ਸਾਨੂੰ ਇਸ ਗੱਲ ਦਾ ਖਾਸ ਪਹਿਲਾਂ ਹੀ ਹੋਮਵਰਕ ਕਰਕੇ ਰੱਖਣਾ ਚਾਹੀਦਾ ਹੈ ਕਿ ਕਿਸੇ ਵੇਲੇ ਵੀ ਸਾਨੂੰ ਕਿਤੇ ਵੀ ਸ਼ਿਫਟ ਕਰਨਾ ਪਵੇ ਕਿਸੇ ਵੀ ਥਾਂ ਤੇ ਰਹਿਣਾ ਪਵੇ ਤਾਂ ਇਹਨਾਂ ਗੱਲਾਂ ਦਾ ਮੁੱਖ ਧਿਆਨ ਰੱਖਿਏ ਇਹ ਰਹਿਣ ਦੀ ਜਗ੍ਹਾ ਸਾਡੀ ਪਹੁੰਚ ਦੇ ਮੁਤਾਬਿਕ ਹੋਵੇ ਸਾਡੀ ਜੇਬ ਦੇ ਮੁਤਾਬਿਕ ਹੋਵੇ ਦੂਜਾ ਉੱਤੇ ਖੁਰਾਕ ਦਾ ਅਸੀਂ ਆਪਣਾ ਪੂਰਾ ਧਿਆਨ ਰੱਖ ਸਕੀਏ ਕਿ ਅਸੀਂ ਵਧੀਆ ਖੁਰਾਕ ਖਾ ਸਕੀਏ ਜਿਸ ਨਾਲ ਸਾਡੀ ਸਿਹਤ ਬਿਲਕੁਲ ਠੀਕ ਰਹੇ ਤੀਜਾ ਸਾਡਾ ਕਪੜਾ ਲੱਦਾ ਅਸੀਂ ਮੌਸਮ ਦੇ ਮੁਤਾਬਿਕ ਹਰ ਚੀਜ਼ ਐਫੋਰਡ ਕਰ ਸਕੀਏ ਕਿ ਅਸੀਂ ਮੌਸਮ ਤੋਂ ਬਚੇ ਰਹੀਏ ਗਰਮੀਆਂ ਵਿੱਚ ਗਰਮੀਆਂ ਦੇ ਵਧੀਆ ਕੱਪੜੇ ਸਰਦੀਆਂ ਦੇ ਵਿੱਚ ਸਰਦੀਆਂ ਦੇ ਵਧੀਆ ਕੱਪੜੇ ਤੇ ਸਾਡੇ ਕੋਲ ਬਰਸਾਤ ਵਾਸਤੇ ਰੇਨ ਕੋਟ ਵੀ ਹੋਣਾ ਚਾਹੀਦਾ ਛਤਰੀ ਵੀ ਹੋਣੀ ਚਾਹੀਦੀ ਮਤਲਬ ਇਹ ਹੈ ਕਿ ਹਰ ਤਰ੍ਹਾਂ ਦੇ ਮੌਸਮ ਦੇ ਮੁਤਾਬਿਕ ਅਸੀਂ ਚੀਜ਼ਾਂ ਐਫੋਰਡ ਕਰ ਸਕੀਏ ਬਹੁਤੀਆਂ ਵਧੀਆ ਬ੍ਰਾਂਡਡ ਨਾ ਸਹੀ ਪਰ ਉਹਨੀਆਂ ਵਧੀਆ ਤਾਂ ਹੋਣ ਕਿ ਸਿੰਪਲ ਹੋਣ ਤੇ ਅਸੀਂ ਜਿਹੜਾ ਪੈਸਾ ਉਹਨਾਂ ਉਤੇ ਖਰਚ ਕਰੀਏ ਉਹ ਚੱਲਣ ਵੀ ਜ਼ਰੂਰ ਇਹ ਨਹੀਂ ਕਿ ਘਰ ਲੈ ਕੇ ਆਏ ਤੇ ਖਰਾਬ ਹੋ ਗਈਆਂ ਉਹ ਚੀਜ਼ਾਂ ਸੀ ਜ਼ਰੂਰ ਖਰੀਦ ਸਕੀਏ ਜੋ ਵਧੀਆ ਹੋਣ ਖਰਾਬ ਚੀਜ਼ਾਂ ਨਹੀਂ ਭਾਵੇਂ ਉਹ ਬ੍ਰਾਂਡਿਡ ਨਾ ਵੀ ਹੋਣ ਤਾਂ ਇਹ ਹੋਈਆਂ ਸਿਹਤ ਸਹੂਲਤਾਂ ਦੀ ਗੱਲ ਸਿਹਤ ਸਹੂਲਤਾ ਵੀ ਸਾਨੂੰ ਉਥੇ ਮਿਲਣ ਕਿ ਲਾਗੇ ਕਿਤੇ ਨੇੜੇ ਕਿਤੇ ਕੋਈ ਡਾਕਟਰ ਵੀ ਹੋਵੇ ਕੋਈ ਹਸਪੀਟਲ ਵੀ ਹੋਵੇ ਕੋਈ ਕਲੀਨਿਕ ਵੀ ਹੋਵੇ ਕੋਈ ਕੈਮਿਸਟ ਵੀ ਹੋਵੇ ਤੇ ਅਗਲੀ ਗੱਲ ਚੰਗੇ ਆਂਢ ਗੁਆਢ ਵੀ ਹੋਣ ਹੋਇਆ ਕੀ ਕਿ ਇੱਕ ਬੰਦਾ ਆਇਆ ਕਿਸੇ ਪਿੰਡ ਦੇ ਸਰਪੰਚ ਕੋਲ ਤੇ ਕਹਿੰਦਾ ਜੀ ਮੈਂ ਤੁਹਾਡੇ ਪਿੰਡ ਵਿੱਚ ਆ ਕੇ ਵਸਣਾ ਚਾਹੁੰਨਾ ਤੇ ਸਰਪੰਚ ਨੇ ਪਿਆ ਕਿ ਪਹਿਲਾਂ ਕਿੱਥੇ ਰਹਿੰਦੇ ਸੀ ਤੇ ਸਰਪੰਚ ਨੇ ਜਦੋਂ ਪੁੱਛਿਆ ਪਹਿਲਾਂ ਕਿੱਥੇ ਰਹਿੰਦੇ ਸੀ ਤੇ ਉਹਨੇ ਬੜੀਆਂ ਬੁਰਾਈਆਂ ਗਿਣਾ ਦਿੱਤੀਆਂ ਜੀ ਮੈਂ ਫਲਾਣੇ ਪਿੰਡ ਰਹਿੰਦਾ ਉੱਥੇ ਐਦਾਂ ਦੇ ਲੋਕ ਨੇ ਉੱਥੇ ਬੜੇ ਖਰਾਬ ਲੋਕ ਨੇ ਉੱਥੇ ਤਾਂ ਜੀ ਕਿਸੇ ਦੀ ਇੱਜ਼ਤ ਨਹੀਂ ਕਰਦੇ ਜੀ ਉਹ ਤਾਂ ਕੁੱਟਮਾਰ ਕਰ ਦਿੰਦੇ ਨੇ ਜੀ ਉਹ ਤਾਂ ਕਿਸੇ ਦੇ ਨਾਲ ਦੁੱਖ ਸੁੱਖ ਦੇ ਸਾਥੀ ਨਹੀਂ ਨੇ ਜੀ ਬੜੀਆਂ ਬੁਰਾਈਆਂ ਕੀਤੀਆਂ ਉਹਨੇ ਉਸ ਪਿੰਡ ਦੇ ਲੋਕਾਂ ਦੀ ਤੇ ਸਰਪੰਚ ਨੇ ਕਿਹਾ ਭਾਈ ਭਲਿਆ ਲੋਕਾ ਤੂੰ ਇੱਥੇ ਆਣ ਲੱਗਣਾ ਇੱਥੇ ਵੀ ਇਹੋ ਜਿਹੇ ਲੋਕ ਨੇ ਇਸ ਕਰਕੇ ਇੱਥੇ ਨਾ ਕਿਤੇ ਹੋਰ ਜਾ ਪਿੰਡ ਦੇ ਸਰਪੰਚ ਨੇ ਉਹਨੂੰ ਮਨ੍ਹਾ ਕਰ ਦਿੱਤਾ ਕਿ ਤੂੰ ਮੇਰੇ ਪਿੰਡ ਨਹੀਂ ਆ ਸਕਦਾ ਕਿਸੇ ਹੋਰ ਦਿਨ ਤੇ ਉਹਨੇ ਪੁੱਛਿਆ ਕਿ ਮੈਂ ਇੱਥੇ ਰਹਿ ਸਕਦਾ ਪਿੰਡ ਦੇ ਸਰਪੰਚ ਨੇ ਫੇਰ ਉਹ ਹੀ ਪੁੱਛਿਆ ਕਿ ਪਹਿਲਾਂ ਕਿੱਥੇ ਰਹਿੰਦਾ ਸੀ ਕਹਿੰਦਾ ਜੀ ਫਲਾਣੇ ਪਿੰਡ ਰਹਿੰਦਾ ਸੀ ਕਹਿੰਦਾ ਉੱਥੇ ਕੀ ਤਕਲੀਫ ਹੈ ਕਹਿੰਦੇ ਲੋਕ ਤਾਂ ਬਹੁਤ ਵਧੀਆ ਨੇ ਉੱਥੇ ਤਾਂ ਬਹੁਤ ਹੀ ਵਧੀਆ ਲੋਕ ਨੇ ਦੁੱਖ ਸੁੱਖ ਦੇ ਸਾਥੀ ਨੇ ਨਾਲ ਖੜੇ ਨੇ ਬੜਾ ਭਾਈਚਾਰਾ ਹੈ ਆਪਸ ਦੇ ਵਿੱਚ ਬੜਾ ਸੋਹਣਾ ਮਾਹੌਲ ਹੈ ਮੈਂ ਤਾਂ ਇਸ ਕਰਕੇ ਧਿਆਨ ਲਗਾ ਕਿ ਮੇਰਾ ਕਾਰੋਬਾਰ ਇੱਧਰ ਨੂੰ ਆਣ ਲੱਗਾ ਤਾਂ ਮੈਂ ਕਿਹਾ ਇਸ ਪਿੰਡ ਵਿੱਚ ਸ਼ਿਫਟ ਹੋ ਜਾਵਾਂ ਥੋੜਾ ਥਾਂ ਵੀ ਨੇੜੇ ਪੈ ਜਾਗੀ ਨਾਲੇ ਥੋੜਾ ਪਰਿਵਰਤਨ ਹੋ ਜਾਏਗਾ ਕਿਉਂਕਿ ਮੈਨੂੰ ਸ਼ੌਕ ਹੈ ਕਿ ਇੱਕ ਪਿੰਡ ਤੋਂ ਦੂਜੇ ਪਿੰਡ ਚ ਜਾ ਕੇ ਰਹਿਣ ਦਾ ਨਾਲੇ ਹਰ ਤਰ੍ਹਾਂ ਦੀ ਬ ਨਾਲੇ ਮੈਨੂੰ ਇੱਕ ਚੇਂਜ ਦਾ ਮੌਕਾ ਵੀ ਮਿਲਦਾ ਇਸ ਕਰਕੇ ਮੈਂ ਜ਼ਰੂਰ ਆਉਣਾ ਚਾਹਣਾ ਹਾਂ ਤੁਹਾਡੇ ਪਿੰਡ ਦੇ ਵਿੱਚ ਤੇ ਸਰਪੰਚ ਨੇ ਕਿਹਾ ਆ ਜਾ ਬਈ ਆ ਜਾ ਤੇਰੀ ਤਾਂ ਇੱਥੇ ਲੋੜ ਹੈਗੀ ਐ ਇੱਥੇ ਵੀ ਲੋਕ ਇਦਾਂ ਦੇ ਹੀ ਨੇ ਬਹੁਤ ਵਧੀਆ ਲੋਕ ਨੇ ਜਿੱਦਾਂ ਦੇ ਲੋਕਾਂ ਤੋਂ ਤੂੰ ਆ ਰਿਹਾ ਹੈ ਨਾ ਉਹ ਜਿਹੇ ਲੋਕ ਇੱਥੇ ਰਹਿੰਦੇ ਨੇ ਤਾਂ ਕੁੱਲ ਮਿਲਾ ਕੇ ਗੱਲ ਇਹ ਹੋਈ ਕਿ ਕੁਝ ਨਾ ਕੁਝ ਆਪਣੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਅਸੀਂ ਆਪ ਕਿਦਾਂ ਦੇ ਆ ਤੇ ਕੁਝ ਨਾ ਕੁਝ ਸਾਡੀ ਸੋਚ ਦੇ ਉੱਤੇ ਸਾਡੇ ਹੋਮਵਰਕ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਕਿਤੇ ਵੀ ਸ਼ਿਫਟ ਹੋਣ ਤੋਂ ਪਹਿਲਾਂ ਅਸੀਂ ਪੂਰਾ ਉਸ ਥਾਂ ਦਾ ਮੁਆਇਨਾ ਕਰ ਲਈਏ ਪੂਰਾ ਜਾਇਜ਼ਾ ਲੈ ਲਈਏ ਤਾਂ ਕਿ ਸ਼ਿਫਟ ਹੋਣ ਤੋਂ ਬਾਅਦ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਤਾਂ ਸਮਝਦਾਰ ਇਨਸਾਨ ਤਾਂ ਇਹੀ ਕਰਦਾ ਹੈ ਕਿ ਹਰ ਪਾਸਿਓਂ ਸੁਰੱਖਿਅਤ ਹੋ ਕੇ ਚੱਲਦਾ ਹੈ ਤਾਂ ਕਿ ਆਪ ਵੀ ਸੁਰੱਖਿਅਤ ਰਵੇ ਤੇ ਉਹਦਾ ਪਰਿਵਾਰ ਵੀ ਸੁਰੱਖਿਅਤ ਰਵੇ ਤਾਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਬਾਅਦ ਵਿੱਚ ਕਿਸੇ ਹੋਰ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੀ ਖੁਦ ਦੀ ਤਿਆਰੀ ਇਸ ਤਰ੍ਹਾਂ ਦੀ ਕਰੋ ਕਿ ਕਿਸੇ ਹੋਰ ਨੂੰ ਦੋਸ਼ ਨਾ ਦੇਣਾ ਪਵੇ ਤੇ ਜੇ ਕਿਤੇ ਗਲਤੀ ਹੋ ਵੀ ਜਾਵੇ ਤਾਂ ਦੋਸ਼ ਆਪਣੇ ਆਪ ਨੂੰ ਦਿਓ ਕਿ ਮੈਂ ਆਪਣਾ ਹੋਮਵਰਕ ਪੂਰਾ ਨਹੀਂ ਕੀਤਾ ਮੈਂ ਆਪਣੀ ਤਿਆਰੀ ਪੂਰੀ ਨਹੀਂ ਕੀਤੀ ਇਸ ਕਰਕੇ ਇਹ ਗਲਤੀ ਮੇਰੇ ਤੋਂ ਹੋਈ ਹੈ ਇਸ ਕਰਕੇ ਹਰ ਸ਼ਹਿਰ ਦਾ ਪੂਰਾ ਨਕਸ਼ਾ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੋਂ ਦੇ ਪੂਰੇ ਹਾਲਾਤ ਉੱਥੋਂ ਦਾ ਪੂਰਾ ਸਮਾਜ ਪੂਰਾ ਸਭਿਆਚਾਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜਿੱਥੇ ਜਾ ਕੇ ਤੁਸੀਂ ਸੈਟਲ ਹੋਣਾ ਚਾਹੁੰਦੇ ਹੋ ਤਾਂ ਕਿ ਬਾਅਦ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਪਛਤਾਵਾ ਨਾ ਹੋਵੇ ਤਸਵੀਰ ਦਾ ਇੱਕ ਪਾਸਾ ਕਿ ਅਸੀਂ ਮਾਡਰਨ ਹੋ ਗਏ ਹਾਂ ਅਸੀਂ ਬਹੁਤ ਸਮਝਦਾਰ ਹੋ ਗਏ ਹਾਂ ਸਾਡੀ ਸੋਚ ਬੜੀ ਵਿਕਸਿਤ ਹੋ ਗਈ ਹੈ ਅਸੀਂ ਬੜੀ ਅੱਗੇ ਵਧ ਗਏ ਹਾਂ ਹੁਣ ਸਾਡੇ ਵਰਗਾ ਕੋਈ ਸਿਆਣਾ ਨਹੀਂ ਹੈ ਪਰ ਦੂਜੇ ਪਾਸੇ ਤਸਵੀਰ ਦਾ ਦੂਸਰਾ ਰੁਖ ਹਜੇ ਵੀ ਅਸੀਂ ਗੱਲ ਕਰਦੇ ਹਾਂ ਫਲਾਣਾ ਅਮੀਰ ਹੈ ਫਲਾਣਾ ਗਰੀਬ ਹੈ ਫਲਾਣਾ ਸੋਹਣਾ ਨਹੀਂ ਫਲਾਣਾ ਸੋਹਣਾ ਹੈ ਫਲਾਣੇ ਦੀ ਪਹੁੰਚ ਬੜੀ ਹੈ ਫਲਾਣੇ ਦੀ ਪਹੁੰਚ ਨਹੀਂ ਫਲਾਣੇ ਦੀ ਜ਼ਾਤ ਇਹ ਹੈ ਫਲਾਣੇ ਦਾ ਤਰਮ ਇਹ ਹੈ ਹਜੇ ਵੀ ਉਹ ਇਹ ਝਗੜੇ ਹਜੇ ਵੀ ਉਹ ਇਹ ਸੋਚਾਂ ਤੇ ਫਿਰ ਮਾਡਰਨ ਕਿਹੜੇ ਪਾਸੇ ਹੋ ਗਏ ਹਾਂ ਗੱਲਾਂ ਵਿੱਚ ਮਾਡਰਨ ਆ ਗੱਲਾਂ ਵਿੱਚ ਸਾਡੇ ਵਰਗਾ ਵਧੀਆ ਕੋਈ ਨਹੀਂ ਗੱਲਾਂ ਵਿੱਚ ਸਾਡੇ ਵਰਗਾ ਸਮਝਦਾਰ ਕੋਈ ਨਹੀਂ ਪਰ ਜਦੋਂ ਅਮਲੀ ਤੌਰ ਤੇ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ ਪ੍ਰੈਕਟੀਕਲ ਲਾਈਫ ਦੇ ਵਿੱਚ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ ਤਾਂ ਉਹ ਇਹ ਪੁਰਾਣੀਆਂ ਰੀਤੀ ਰਿਵਾਜ ਉਹ ਇਹ ਪੁਰਾਣੀਆਂ ਸੋਚਾਂ ਸਾਡੇ ਜ਼ਿਆਦਾਤਰ ਸਾਡੇ ਲੋਕਾਂ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ ਹੁੰਦੀਆਂ ਨੇ ਜਿਸ ਦਾ ਖਾਮਿਆਜ਼ਾ ਜਿਸ ਦਾ ਬੁਰਾ ਅਸਰ ਪੂਰੇ ਸਮਾਜ ਉਤੇ ਪੈਂਦਾ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਆਪਣੇ ਉਤੇ ਪੈਂਦਾ ਹੈ ਕਿ ਇੰਨੀ ਗੰਦੀ ਸੋਚ ਇੰਨਾ ਗੰਦਾ ਵਾਤਾਵਰਨ ਅਸੀਂ ਆਪਣੇ ਅੰਦਰ ਲੈ ਕੇ ਚੱਲਦੇ ਹਾਂ ਇਹਦੀ ਨੈਗੇਟਿਵਿਟੀ ਅਸੀਂ ਆਪਣੇ ਅੰਦਰ ਲੈ ਕੇ ਚੱਲਦੇ ਹਾਂ ਕਿ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ ਤੇ ਉਸ ਦਾ ਅਸਰ ਪੈਂਦਾ ਹੈ ਸਾਡੇ ਪਰਿਵਾਰ ਤੇ ਕਿਸੇ ਮਨੋਵਿਗਿਆਨੀ ਨੂੰ ਪੁੱਛਿਆ ਮਾਪੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਬੁਰੀ ਸੰਗਤ ਤੋਂ ਕਿਵੇਂ ਬਚਾਈਏ ਤਾਂ ਉਸ ਸਾਈਕੋਲੋਜਿਸਟ ਨੇ ਅੱਗੋਂ ਜਵਾਬ ਦਿੱਤਾ ਕਿ ਪਹਿਲਾਂ ਤਾਂ ਤੁਸੀਂ ਆਪਣੇ ਬੱਚੇ ਨੂੰ ਆਪਣੀ ਸੰਗਤ ਤੋਂ ਬਚਾਓ ਕਿ ਜੇ ਤੁਸੀਂ ਮਾੜੇ ਮਾਪੇ ਹੋ ਤਾਂ ਤੁਹਾਡੇ ਇਸ ਮਾੜੀ ਸੋਚ ਦਾ ਅਸਰ ਤੁਹਾਡੇ ਬੱਚਿਆਂ ਦੇ ਉੱਤੇ ਜ਼ਰੂਰ ਪੈਣਾ ਹੈ ਤਾਂ ਅੱਗੋਂ ਉਹ ਬੱਚੇ ਵੀ ਉਸ ਤਰ੍ਹਾਂ ਦੀ نسل ਤਿਆਰ ਹੋਏਗੀ ਜੋ ਸਮਾਜ ਵਿੱਚ ਬੁਰੀਆਂ ਚੀਜ਼ਾਂ ਲੈ ਕੇ ਜਾਣਗੇ ਬੁਰੀ ਸੋਚ ਲੈ ਕੇ ਜਾਣਗੇ ਕਿਉਂਕਿ ਜੋ ਬੱਚੇ ਹੁੰਦੇ ਨੇ ਨਾ ਉਹ ਆਪਣੀ ਫੈਮਿਲੀ ਦਾ ਇੰਡੈਕਸ ਹੁੰਦੇ ਨੇ ਬੱਚਿਆਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਉਹ ਕਿਸ ਤਰ੍ਹਾਂ ਦੇ ਪਰਿਵਾਰ ਤੋਂ ਆਏ ਨੇ ਪਰ ਜੇ ਪਰਿਵਾਰ ਆਪ ਹੀ ਐਦਾਂ ਦੀ ਮਾੜੀ ਸੋਚ ਦਾ ਹੋਵੇ ਤਾਂ ਜ਼ਾਹਿਰ ਤੌਰ ਤੇ ਬੱਚਿਆਂ ਦੀ ਸੋਚ ਦੇ ਉੱਤੇ ਮਾੜਾ ਅਸਰ ਪਵੇਗਾ ਤਾਂ ਗੱਲ ਇਹ ਹੈ ਕਿ ਅਸੀਂ ਮਾਡਰਨ ਕਿਹੜੇ ਪਾਸੇ ਹੋ ਗਏ ਅਸੀਂ ਸਿਰਫ ਗੱਲਾਂ 'ਚ ਮਾਡਰਨ ਹੋ ਗਏ ਹਾਂ ਜੋ ਪੁਰਾਣੀਆਂ ਗਲਤ ਰਿਵਾਇਤਾਂ ਨੇ ਉਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ ਬਹੁਤ ਘੱਟ ਲੋਕ ਨੇ ਜੋ ਉਹਨਾਂ ਨੂੰ ਛੱਡਣ ਨੂੰ ਤਿਆਰ ਨੇ ਤਾਂ ਬਹੁਤ ਜ਼ਿਆਦਾ ਲੋਕ ਨੇ ਜੋ ਹਜੇ ਵੀ ਉਹਨਾਂ ਰਵਾਇਤਾਂ ਨੂੰ ਫੜ ਕੇ ਬੈਠੇ ਹੋਏ ਨੇ ਕਿਤਨਾ ਕਿਤੇ ਇੰਨਾਂ ਚੀਜ਼ਾਂ ਨੂੰ ਲੈ ਕੇ ਝਗੜੇ ਹੁੰਦੇ ਨੇ ਅਸੀਂ ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਦੂਜਿਆਂ ਦੇ ਖਿਲਾਫ ਕੁਝ ਵੀ ਬੋਲ ਦਿੰਦੇ ਹਾਂ ਤਾਂ ਇਹ ਸਭ ਚੀਜ਼ਾਂ ਸੋੜੀ ਸੋਚਦੀਆਂ ਛੋਟੀ ਸੋਚਦੀਆਂ ਛੋਟੇ ਦਿਮਾਗ ਦੀਆਂ ਗੱਲਾਂ ਨੇ ਜਿਤਕਿ ਵੱਡੀਆਂ ਗੱਲਾਂ ਤਾਂ ਇਹ ਨੇ ਕਿ ਅਸੀਂ ਸਭ ਨੂੰ ਆਪਣਾ ਸਮਝੀਏ ਸਭ ਨੂੰ ਅਪਣਾਈਏ ਜੋ ਪੁਰਾਣੀਆਂ ਬਰਾਈਆਂ ਨੇ ਜੋ ਪੁਰਾਣੀਆਂ ਗਲਤ ਚੀਜ਼ਾਂ ਨੇ ਉਹਨਾਂ ਨੂੰ ਬਿਲਕੁਲ ਸਮਾਜ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਤਾਂ ਉਹਦੇ ਵਾਸਤੇ ਸਭ ਨੂੰ ਮਿਲ ਕੇ ਕੋਸ਼ਿਸ਼ ਕਰਨੀ ਪਏਗੀ ਇੱਕ ਇਨਸਾਨ ਮੈਨੂੰ ਮਿਲਿਆ ਤੇ ਮਿਲਦਾ ਹੀ ਨਾ ਉਹਨੇ ਮੈਨੂੰ 5-7 ਵਿਜ਼ਿਟਿੰਗ ਕਾਰਡ ਫੜਾ ਦਿੱਤੇ ਮੈਂ ਕਿਹਾ ਜੀ ਇਹ ਕੀ ਚੀਜ਼ ਹੈ ਕਹਿੰਦੇ ਜੀ ਮੈਂ ਉਸ ਐਨਜੀਓ ਦਾ ਮੈਂ ਸਕੱਤਰ ਹਾਂ ਉਸ ਐਨਜੀਓ ਦਾ ਮੈਂ ਪ੍ਰੈਜ਼ੀਡੈਂਟ ਹਾਂ ਫਲਾਣੀ ਐਨਜੀਓ ਦਾ ਮੈਂ ਫਲਾਣੇ ਡਿਪਾਰਟਮੈਂਟ ਦਾ ਮੈਂ ਖਜ਼ਾਨਚੀ ਹਾਂ ਫਲਾਣੇ ਡਿਪਾਰਟਮੈਂਟ ਦਾ ਮੈਂ ਮੀਤ ਪ੍ਰਦਾਤਾ ਹਾਂ ਫਲਾਣੇ ਡਿਪਾਰਟਮੈਂਟ ਦਾ ਮੈਂ ਉਪ ਪ੍ਰਦਾਤਾ ਪਤਾ ਨਹੀਂ ਆ ਪੰਜ ਸੱਤ ਕਾਰਡ ਮੈਂ ਕਹੇ ਇਹ ਤਾਸ਼ ਦੇ ਪੱਤੇ ਜਿਹੜੇ ਮੈਨੂੰ ਤੁਸੀਂ ਫੜਾਏ ਨੇ ਇਹ ਕਮ ਸੇ ਕਮ ਆਪਣੀ ਜੇਬ 'ਚ ਰੱਖੋ ਮੈਨੂੰ ਇਹਨਾਂ ਦੀ ਲੋੜ ਨਹੀਂ ਤੁਸੀਂ ਕਰਦੇ ਕੀ ਉਹ ਮੈਨੂੰ ਇਹ ਤਾਂ ਦੱਸੋ ਕਹਿੰਦਾ ਜੀ ਮੈਂ ਸਮਾਜ ਸੁਧਾਰਕ ਹਾਂ ਮੈਂ ਕਹਿੰਦਾ ਪਹਿਲ ਨੂੰ ਇੱਕ ਗੱਲ ਦੱਸੋ ਆਪ ਸੁਧਰ ਗਏ ਹੋ ਜਿਹੜਾ ਸਮਾਜ ਨੂੰ ਸੁਧਾਰਨ ਲੱਗੇ ਹੋ ਬڑا ਹਸਨ ਲੱਗ ਪਿਆ ਕਹਿੰਦਾ ਇਹ ਕੀ ਗੱਲ ਕਹਿ ਦਿੱਤੀ ਤੁਸੀਂ ਮੈਂ ਕਿਵੇਂ ਵਿਗੜਿਆ ਹੋਇਆ ਮੈਂ ਕਹਿੰਦਾ ਜਿਹੜਾ ਵਿਗੜਿਆ ਹੁੰਦਾ ਨਾ ਤਾਂ ਹੀ ਆਪਣੇ ਆਪ ਨੂੰ ਸਮਾਜ ਸੁਧਾਰਕ ਕਹਿੰਦਾ ਕਿਉਂਕਿ ਜਿਹੜਾ ਸਹੀ ਬੰਦਾ ਹੁੰਦਾ ਉਹਦਾ ਆਪਣੇ ਆਪ ਨੂੰ ਕਹਿੰਦਾ ਹੈ ਵੇ ਸਮਾਜ ਸੇਵਕ ਆ ਸਮਾਜ ਸੁਧਾਰਕ ਨਹੀਂ ਕਿਉਂਕਿ ਸਮਾਜ ਸੁਧਾਰਕ ਸਾਡੇ ਵਾਸਤੇ ਗੱਲ ਹੀ ਨਹੀਂ ਹੈ ਉਹ ਤਾਂ ਬਹੁਤ ਵੱਡੀ ਗੱਲ ਹੈ ਅਸੀਂ ਕਿੱਥੋਂ ਸਮਾਜ ਸੁਧਾਰਕ ਬਣ ਸਕਦੇ ਹਾਂ ਅਸੀਂ ਆਪਣੇ ਆਪ ਨੂੰ ਸੁਧਾਰ ਲਈਏ ਉਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਮਾਜ ਦੀ ਸੇਵਾ ਕਰ ਸਕਦੇ ਹਾਂ ਤਾਂ ਉਹਨਾਂ ਨਾਲ ਕੋਈ ਗੱਲ ਸਾਂਝੀ ਕਰ ਸਕਦੇ ਹਾਂ ਕੋਈ ਸੰਵਾਦ ਰਚ ਸਕਦੇ ਆ ਕੋਈ ਡਿਬੇਟ ਰਚ ਸਕਦੇ ਆ ਸਾਰੀਆਂ ਸੋਹਣੀਆਂ ਗੱਲਾਂ ਅਸੀਂ ਕਰਕੇ ਕਿਸੇ ਅੱਛੇ ਨਤੀਜੇ ਤੇ ਪਹੁੰਚ ਸਕਦੇ ਹਾਂ ਕਿ ਅਸੀਂ ਕਿੱਦਾਂ ਆਪਣੇ ਆਪ ਨੂੰ ਬਿਹਤਰ ਇਨਸਾਨ ਬਣਾਈਏ ਕਿਉਂਕਿ ਸਾਰੀ ਉਮਰ ਦੇ ਵਿੱਚ ਇੱਕ ਇਨਸਾਨ ਸਿਰਫ ਇੱਕੋ ਹੀ ਇਨਸਾਨ ਨੂੰ ਸੁਧਾਰ ਸਕਦਾ ਹੈ ਉਹ ਹੈ ਉਹਦਾ ਆਪਣਾ ਆਪ ਜਿਹਨੇ ਆਪਣੇ ਆਪ ਨੂੰ ਸੁਧਾਰ ਲਿਆ ਉਹਨੇ ਸਭ ਨੂੰ ਸੁਧਾਰ ਲਿਆ ਕਿਵੇਂ ਮੈਂ ਆਪਣੇ ਆਪ ਨੂੰ ਸੁਧਾਰਾਂ ਤੁਸੀਂ ਆਪਣੇ ਆਪ ਨੂੰ ਸੁਧਾਰੋ ਅਸੀਂ ਸਭ ਮਿਲ ਕੇ ਆਪਣੇ ਆਪ ਨੂੰ ਸੁਧਾਰੀਏ ਤਾਂ ਸਾਰਾ ਸਮਾਜ ਆਪਣੇ ਆਪ ਸੁਧਰ ਗਿਆ ਮੈਂ ਆਪਣੇ ਪਰਿਵਾਰ ਨੂੰ ਸੰਭਾਲਾਂ ਤੁਸੀਂ ਆਪਣੇ ਪਰਿਵਾਰ ਨੂੰ ਸੰਭਾਲੋ ਅਸੀਂ ਸਾਰੇ ਮਿਲ ਕੇ ਆਪਣੇ ਆਪਣੇ ਪਰਿਵਾਰ ਨੂੰ ਸੰਭਾਲ ਲਈਏ ਤਾਂ ਸਾਰਾ ਸਮਾਜ ਆਪਣੇ ਆਪ ਸੰਭਲ ਗਿਆ ਕਿਸੇ ਸਮਾਜ ਸੁਧਾਰਕ ਦੀ ਲੋੜ ਨਹੀਂ ਹੈ ਸਮਾਜ ਸੇਵਕ ਦੀ ਲੋੜ ਜ਼ਰੂਰ ਰਹਿੰਦੀ ਹੈ ਕਿਉਂਕਿ ਸਮਾਜ ਸੌ ਜਾਂਦਾ ਹੈ ਸਮਾਜ ਨੂੰ ਜਗਾਉਣਾ ਪੈਂਦਾ ਬਾਰ ਬਾਰ ਜਗਾਉਣਾ ਪੈਂਦਾ ਇਸ ਕਰਕੇ ਸਮਾਜ ਸੇਵਕ ਦੀ ਲੋੜ ਹੈ ਤੇ ਸਾਰੇ ਜਾਣੇ ਮਿਲ ਕੇ ਸਮਾਜ ਸੇਵਕ ਬਣ ਜਾਈਏ ਸਮਾਜ ਨੂੰ ਜਗਾਉਂਦੇ ਰਹੀਏ ਆਪ ਵੀ ਜਾਗੀਏ ਤਾਂ ਸਭ ਨੂੰ ਵੀ ਜਗਾਈਏ ਤਾਂ ਉਹਦੇ ਵਿੱਚ ਹੀ ਸਮਾਜ ਦਾ ਕਲਿਆਣ ਹੋ ਸਕਦਾ ਕਿਉਂਕਿ ਉਹਦੇ ਵਿੱਚ ਹੀ ਸਾਡਾ ਸਾਰਿਆਂ ਦਾ ਕਲਿਆਣ ਹੈ ਸਾਡੇ ਪਰਿਵਾਰ ਦਾ ਕਲਿਆਣ ਹੈ ਇਸ ਕਰਕੇ ਸਾਨੂੰ ਸਮਾਜ ਸੇਵਕ ਹੋਣਾ ਚਾਹੀਦਾ ਹੈ ਤੋਂ ਬੜੇ متاثر ਹੋ ਇਸ ਗੱਲ ਤੋਂ ਕਹਿੰਦੇ ਹਾਂ ਗੱਲ ਤਾਂ ਬਿਲਕੁਲ ਠੀਕ ਤੁਸੀਂ ਕਹੀ ਹੈ ਤਾਂ ਗੱਲ ਇਹ ਹੈ ਕਿ ਜਿਹੜੀਆਂ ਇਹ ਪੁਰਾਣੀਆਂ ਗੱਲਾਂ ਸਾਡੇ ਅੰਦਰ ਚੱਲੀਆਂ ਆ ਰਹੀਆਂ ਨੇ ਜੋ ਗਲਤ ਨੀਤੀਆਂ ਗਲਤ ਸੋਚ ਚੱਲੀ ਆ ਰਹੀ ਹੈ ਇਸ ਤੋਂ ਨਿਜਾਤ ਪਾਣੀ ਜ਼ਰੂਰੀ ਹੈ ਤਾਹੀਂ ਅਸੀਂ ਸਹੀ ਮਾਇਨੇ ਦੇ ਵਿੱਚ ਸਮਾਜ ਸੇਵਕ ਬਣ ਸਕਦੇ ਹਾਂ ਸਿਰਫ ਕਿਤਾਬਾਂ ਪੜ੍ਹਨ ਨਾਲ ਇਹ ਵੱਡੀਆਂ ਵੱਡੀਆਂ ਡਿਗਰੀਆਂ ਹਾਸਲ ਕਰਨ ਨਾਲ ਅਸੀਂ ਸਿਆਣੇ ਨਹੀਂ ਬਣ ਜਾਂਦੇ ਉਹ ਹਾਸਲ ਕਰਨੀਆਂ ਵੀ ਜ਼ਰੂਰੀ ਨੇ ਕਿਤਾਬਾਂ ਪੜ੍ਹਨੀਆਂ ਵੀ ਜ਼ਰੂਰੀ ਨੇ ਪਰ ਜਦੋਂ ਤੱਕ ਉਹਨਾਂ ਦੇ ਮੁਤਾਬਿਕ ਅਸੀਂ ਕੰਮ ਨਹੀਂ ਕਰਦੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਉਤਾਰਦੇ ਨਹੀਂ ਹੈਗੇ ਜਿੱਨਾਂ ਚਿਰ ਉਹ ਸਾਰੀਆਂ ਨਸੀਹਤਾਂ ਸਾਡੇ ਬਜ਼ੁਰਗਾਂ ਦੀਆਂ ਨਸੀਹਤਾਂ ਸਾਡੇ ਵਿਵਹਾਰ ਦੇ ਵਿੱਚ ਨਹੀਂ ਆਉਂਦੀਆਂ ਪ੍ਰੈਕਟੀਕਲੀ ਸਾਡੇ ਬਿਹੇਵੀਅਰ ਦੇ ਵਿੱਚ ਨਹੀਂ ਆਉਂਦੀਆਂ ਉਦੋਂ ਤੱਕ ਅਸੀਂ ਸੁਧਾਰ ਦੀ ਇੱਛਾ ਨਹੀਂ ਕਰ ਸਕਦੇ ਉਦੋਂ ਤੱਕ ਅਸੀਂ ਕਿਸੇ ਤਰ੍ਹਾਂ ਦਾ ਸੁਧਾਰ ਆਪਣੇ ਸਮਾਜ ਵਿੱਚ ਨਹੀਂ ਦੇਖ ਸਕਦੇ ਇਸ ਕਰਕੇ ਮਾਡਰਨ ਟਾਈਮਸ ਦੇ ਵਿੱਚ ਜੇ ਅਸੀਂ ਵਾਕਈ ਸੁਧਾਰ ਚਾਹੁੰਦੇ ਆ ਨਾ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਸੁਧਾਰੀਏ ਫਿਰ ਬਾਕੀਆਂ ਦੇ ਸੁਧਰਨ ਦੀ ਗੱਲ ਕਰੀਏ ਸੋ ਇਹ ਸੰਸਾਰ ਹੈ ਭਾਵਨਾਵਾਂ ਦਾ ਸੰਸਾਰ ਆਪਣੀਆਂ ਭਾਵਨਾਵਾਂ ਨੂੰ ਕਾਬੂ 'ਚ ਰੱਖੀਏ ਆਪਣੀਆਂ ਭਾਵਨਾਵਾਂ ਨੂੰ ਬਿਲਕੁਲ ਆਪਣੇ ਹੱਥੋਂ ਨਾ ਨਿਕਲਣ ਦੇਈਏ ਜਦੋਂ ਤੱਕ ਭਾਵਨਾਵਾਂ ਸਾਡੇ ਕਾਬੂ 'ਚ ਨਹੀਂ ਉਦੋਂ ਹੀ ਸਾਡਾ ਆਪਣੇ ਆਪ ਸਾਡੇ ਕਾਬੂ 'ਚ ਹੈ ਤੇ ਉਹਨਾਂ ਭਾਵਨਾਵਾਂ ਦਾ ਸਹੀ ਇਸਤੇਮਾਲ ਕਰਕੇ ਉਹੀ ਕੰਮ ਕਰੀਏ ਜੋ ਕਰਨਾ ਸਾਨੂੰ ਇਨਸਾਨ ਹੋਣ ਦੇ ਨਾਤੇ ਸ਼ੁਭਾ ਦਿੰਦਾ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਮੁੱਦਾ ਦਾ ਹਿੱਸਾ ਬਣੇ ਹੋਰ ਅਪਡੇਟਸ ਦੇ ਲਈ ਵਿਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ ਸੱਚਰੀ ਅਕਾਲ